ਅੱਜ ਸਮਰਾਲਾ ਸ਼ਹਿਰ ਦੇ ਮੇਨ ਚੌਂਕ ਵਿੱਚ ਪੈਨਸ਼ਨ ਐਸੋਸੀਏਸ਼ਨ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਮੰਡਲ ਸਮਰਾਲਾ ਵੱਲੋਂ ਜੋ ਕਿ ਇੱਕ ਅਰਥੀ ਫੂਕ ਮੁਜ਼ਾਹਰਾ ਕਰਨ ਲੱਗੇ ਨੇ ਸਰਕਾਰ ਦੇ ਖਿਲਾਫ਼, ਜਿਨ੍ਹਾਂ ਦਾ ਕਹਿਣਾ ਹੈ ਕਿ ਜੋ 6ਵੀਂ ਪੇ ਕਮਿਸ਼ਨ ਲਾਗੂ ਕੀਤੀ ਗਈ ਸੀ ਉਹ ਸਾਨੂੰ ਨਾ ਮਨਜ਼ੂਰ ਹੈ। ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਜਿਨ੍ਹਾਂ ਦੇ ਵਿੱਚ ਜੋ ਰਿਟਾਇਰਡ ਹੋ ਚੁੱਕੇ ਨੇ, ਜਿਨ੍ਹਾਂ ਦਾ ਇੱਕ ਸਹਾਰਾ ਮਾਤਰ ਇੱਕ ਪੈਨਸ਼ਨ ਹੁੰਦੀ ਹੈ, ਉਹ ਅੱਜ ਇਸ ਵਕਤ ਜੋ ਮੁਜ਼ਾਹਰਾ ਕਰ ਰਹੇ ਨੇ ਮੇਨ ਚੌਂਕ ਸਮਰਾਲਾ ਦੇ ਵਿੱਚ, ਅਤੇ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨੁਮਾਇੰਦੇ। ਅੱਜ ਮੁਲਾਜ਼ਮ ਅਤੇ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਾਰੇ ਪੰਜਾਬ ਦੇ ਵਿੱਚ ਪੇ ਕਮਿਸ਼ਨ ਦੇ ਖਿਲਾਫ ਉਹਨਾਂ ਦੀ ਰਿਪੋਰਟ ਜਿਹੜੀ ਮੁਲਾਜ਼ਮਾਂ ਦੇ ਖਿਲਾਫ ਦਿੱਤੀ ਗਈ ਹੈ, ਪੰਜਾਬ ਪੱਧਰ 'ਤੇ ਰੋਸ ਮੁਜ਼ਾਹਰੇ ਅਤੇ ਹੜਤਾਲਾਂ ਕੀਤੀਆਂ ਜਾ ਰਹੀਆਂ। ਅੱਜ ਸਮੁੱਚੇ ਪੰਜਾਬ ਦੇ ਵਿੱਚ ਸਾਂਝਾ ਕਿਸਾਨ ਮੋਰਚਾ ਉਹ ਵੀ ਹਾਈਵੇ ਜਾਮ ਕਰ ਰਿਹਾ ਅਤੇ ਵੱਡੇ ਪੱਧਰ 'ਤੇ 10 ਵਜੇ ਤੋਂ 12 ਵਜੇ ਤੱਕ ਉਹਨਾਂ ਨੇ ਮਹਿੰਗਾਈ ਦੇ ਖਿਲਾਫ ਰੋਜ਼ ਮੁਜ਼ਾਹਰੇ ਰੋਸ ਪ੍ਰੋਟੈਸਟ ਕਰਨੇ ਹਨ, ਅਤੇ ਜਿਹਦੇ ਨਾਲ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅੱਜ ਇੱਕ ਪਾਸੇ ਸਰਕਾਰਾਂ ਅਤੇ ਕਾਰਪੋਰੇਟ ਘਰਾਣੇ ਖਜ਼ਾਨੇ ਲੁੱਟ ਰਹੇ ਹੈ, ਦੂਜੇ ਪਾਸੇ ਦੇਸ਼ ਦੇ ਲੋਕ ਮਹਿੰਗਾਈ ਦੇ ਵਿੱਚ ਪੀੜੇ ਜਾ ਰਹੇ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਡੀਜ਼ਲ ਪੈਟਰੋਲ ਗੈਸ ਘਰੇਲੂ ਗੈਸ ਦੀਆਂ ਕੀਮਤਾਂ ਵਧੀਆਂ, ਉਹਨਾਂ ਦੇ ਖਿਲਾਫ਼ ਲੋਕ ਡਟ ਕੇ ਉਸ ਦਾ ਵਿਰੋਧ ਕਰਨਗੇ ਅਤੇ ਵੱਖ ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰਨਗੇ। ਅੱਜ ਲੋਕ ਇਹ ਵੀ ਮੰਗ ਕਰ ਰਹੇ ਹੈ ਕਿ ਕਿਸਾਨਾਂ ਦੇ ਜਿਹੜੇ ਖਿਲਾਫ਼ ਖੇਤੀ ਕਾਨੂੰਨ ਬਣਾਏ ਹੈ ਉਹ ਰੱਦ ਕੀਤੇ ਜਾਣ, ਤਾਂ ਕਿ ਕਿਸਾਨ ਉੱਥੇ 7 ਮਹੀਨੇ ਤੋਂ ਦਿੱਲੀ ਦੇ ਬਾਰਡਰ 'ਤੇ ਡਟੇ ਹੋਏ ਹੈ ਅਤੇ ਉਹ ਉੱਥੇ ਆਪਣੇ ਘਰਾਂ ਨੂੰ ਜਿੱਤ ਕੇ ਵਾਪਸ ਆ ਸਕਣ। ਇਹ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਅਤੇ ਲੋਕ ਵਿਰੋਧੀ ਸਰਕਾਰਾਂ ਦੀ ਜਿਹੜੀ ਅੜੀਅਲ ਨੀਤੀ ਹੈ ਲੋਕਾਂ ਨੂੰ ਲੁੱਟਣ ਲਈ, ਕਾਰਪੋਰੇਟਰਾਂ ਦੇ ਹਿੱਤ ਪੂਰਨ ਦੇ ਲਈ, ਅਤੇ ਇਹਦੇ ਖਿਲਾਫ਼ ਅੱਜ ਸਮੁੱਚਾ ਮੁਲਾਜ਼ਮ ਵਰਗ ਕਿਸਾਨ ਮਜ਼ਦੂਰ ਅਤੇ ਹੋਰ ਮਿਹਨਤਕਸ਼ ਲੋਕ ਇਕੱਠੇ ਹੋ ਕੇ ਸੰਘਰਸ਼ ਕਰ ਰਹੇ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ ਅਤੇ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਨੂੰ ਰੱਦ ਕਰਾਇਆ ਜਾਊਗਾ ਅਤੇ ਪੇ ਕਮਿਸ਼ਨ ਦੇ ਜਿਹੜੇ ਹੱਕ ਸਾਡੇ ਹੱਕ ਬਣਦੇ ਆ ਉਹਨਾਂ ਨੂੰ ਲਿਆ ਜਾਊਗਾ ਅਤੇ ਜਿਹੜੀ DA ਦੀਆਂ ਕਿਸ਼ਤਾਂ ਜਾਂ ਕੋਈ ਕਿਸੇ ਕਿਸਮ ਦੇ ਭੱਤੇ ਉਹ ਜਾਰੀ ਕਰਾਏ ਜਾਣਗੇ। ਲਗਾਤਾਰ ਇਸ ਦੇ ਖਿਲਾਫ਼ ਲੋਕਾਂ ਦਾ ਸੰਘਰਸ਼ ਚੱਲਦਾ ਰਹੂਗਾ ਅਤੇ ਅਖੀਰ 'ਤੇ ਮੈਂ ਮੰਗ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਇਹ ਪੇ ਕਮਿਸ਼ਨ ਦੇ ਵਿੱਚ ਜਿੰਨੀਆਂ ਵੀ ਤਰੁੱਟੀਆਂ ਉਹ ਦੂਰ ਕੀਤੀਆਂ ਜਾਣ ਅਤੇ ਲੋਕਾਂ ਦੇ ਹੱਕ, ਮੁਲਾਜ਼ਮਾਂ ਦੇ ਹੱਕ ਦਿੱਤੇ ਜਾਣ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਦਿੱਤੇ ਜਾਣ। ਅੱਜ ਅਸੀਂ ਤਾਲਮੇਲ ਕਮੇਟੀ ਦੇ ਸੱਦੇ 'ਤੇ ਡਿਵੀਜ਼ਨ ਪੱਧਰ ਆ ਪੈਨਸ਼ਨ ਐਸੋਸੀਏਸ਼ਨ ਅਤੇ ਟੈਕਨੀਕਲ ਸਰਵ ਯੂਨੀਅਨ ਵੱਲੋਂ ਸਾਂਝਾ ਧਰਨਾ ਦੇ ਰਹੇ ਹਾਂ। ਅੱਜ ਇਸ ਪ੍ਰੋਟੈਸਟ ਦਾ ਮਤਲਬ ਇਹ ਆ ਵੀ ਅੱਜ ਕਿੰਨੇ ਹੀ ਚਿਰਾਂ ਬਾਅਦ ਸੰਘਰਸ਼ ਦੇ ਬਾਵਜੂਦ ਅੱਜ ਸਕੇਲ ਦਿੱਤੇ ਨੇ ਉਹ ਵੀ ਸਾਡੇ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਘੱਟਦੀਆਂ ਨੇ, ਸਕੇਲ ਵੀ ਅਧੂਰੇ ਨੇ, ਜਿਹੜਾ ਏਰੀਅਰ ਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਈ ਕਿਸ਼ਤਾਂ 'ਚ ਦੇਣਾ, 9 ਕਿਸ਼ਤਾਂ 'ਚ ਕਹਿੰਦੇ ਨੇ, ਉਦੋਂ ਤੱਕ ਸਾਡੇ ਅਨੇਕਾਂ ਮੁਲਾਜ਼ਮ ਨੇ ਜਿਹੜੇ ਉਹ ਰੱਬ ਨੂੰ ਪਿਆਰੇ ਹੋ ਜਾਣੇ ਨੇ, ਪਤਾ ਨਹੀਂ ਕਦੋਂ ਇਹਨਾਂ ਨੇ ਪੂਰੇ ਦੇਣੇ। ਜਿਹੜਾ ਸਾਡਾ ਬਜਟ ਆ 9,000 ਕਰੋੜ ਦਾ ਮੁਲਾਜ਼ਮਾਂ ਲਈ ਰੱਖਦਾ ਉਹ ਅੱਜ ਕਿਹੜੀ ਜਗ੍ਹਾ ਵਰਤਿਆ ਗਿਆ ਸਾਨੂੰ ਨਹੀਂ ਪਤਾ। ਅਸੀਂ ਤਾਲਮੇਲ ਕਮੇਟੀ ਦੇ ਸੱਦੇ 'ਤੇ ਜੇ ਜਿਹੜੀ ਪੇ ਕਮਿਸ਼ਨ ਆ ਦੁਆਰਾ ਰਿਵਾਈਜ਼ ਨਾ ਕੀਤਾ, ਇਹਨੂੰ ਦਰੁਸਤੀਆਂ ਨਾ ਕੀਤੀਆਂ, ਤਾਂ ਅਸੀਂ ਤਾਲਮੇਲ ਕਮੇਟੀ ਦੇ ਸੱਦੇ 'ਤੇ ਇਸ ਐਜੀ ਨੂੰ ਹੋਰ ਤਗੜਾ ਕਰਾਂਗੇ। ਧੰਨਵਾਦ। ਕੋਈ ਸਰਕਾਰ ਇੱਥੇ ਆ ਜਾਵੇ, ਚਾਹੇ ਬਾਦਲ ਸਰਕਾਰ ਦੀ ਅੱਜ ਕੈਪਟਨ ਦੀ ਸਰਕਾਰ ਆ, ਕੱਲ੍ਹ ਕੋਈ ਹੋਰ ਸਰਕਾਰ ਆ ਜਾਵੇ, ਕਿਸੇ ਨੇ ਹੱਲ ਨਹੀਂ ਕਰਨਾ। ਜੇ ਹੱਲ ਕਰਾਉਣਾ ਤਾਂ ਲੋਕਾਂ ਦੀ ਤਾਕਤ ਹੁੰਦੀ ਆ, ਲੋਕਾਂ ਦੀ ਤਾਕਤ 'ਤੇ ਹੱਲ ਕਰਾ ਸਕਦੀ ਆ। ਸਾਡੀ ਚੇਤਾਵਨੀ ਹੈ ਇਹ ਕੈਪਟਨ ਨੂੰ ਵੀ ਇਹ ਕੰਧ 'ਤੇ ਲਿਖਿਆ ਪੜ੍ਹ ਲਵੇ ਪਹਿਲਾਂ, ਬਿਜਲੀ ਕਾਮੇ ਨੇ 7 ਸਾਲ ਪਹਿਲਾਂ ਬਿਜਲੀ ਬੋਰਡ ਟੁੱਟਣ ਨਹੀਂ ਦਿੱਤਾ ਸੀਗਾ, ਰੋਕ ਕੇ ਰੱਖਿਆ। ਜਿਹੜੇ ਹਾਲਤਾਂ 'ਚ ਤੋੜਿਆ, ਜਦੋਂ ਜੱਥੇਬੰਦੀਆਂ ਖਰੀਦੀਆਂ ਗਈਆਂ ਉਹ ਤੋੜਿਆ ਗਿਆ, ਫਿਰ ਵੀ ਲੜਾਈ 7 ਸਾਲ ਟੁੱਟਣ ਨਹੀਂ ਦਿੱਤਾ। ਉਹ ਬਿਜਲੀ ਕਾਮੇ ਨੇ ਕੋਲ ਲੜਿਆ, ਚਾਹੇ ਡਿਸਮਿਸ ਕੀਤੇ, ਸਸਪੈਂਡ ਕੀਤੇ, ਉਹ ਵੀ ਲੋਕਾਂ ਦੀ ਤਾਕਤ ਨੇ ਬਾਹਰ ਕਰਾਏ ਨੇ। ਅੱਗੇ ਨਹੀਂ ਵੀ ਕਰਾਏਗੇ, ਸਾਡੀ ਚੇਤਾਵਨੀ ਹੈ ਵੀ ਨਹੀਂ ਮਸਲੇ ਹੱਲ ਕਰ ਦੇਵੇ, ਨਹੀਂ ਤਾਂ ਵੀ ਸੰਘਰਸ਼ ਆਉਣਾ ਸਮੇਂ ਦੇ ਵਿੱਚ ਹੋਰ ਤਿੱਖਾ ਹੋਣਾ, ਤੇਜ਼ ਹੋਣਾ। 29 ਤਰੀਕ ਨੂੰ ਪਟਿਆਲੇ ਹੈੱਡ ਹਾਊਸ ਦੇ ਸਾਹਮਣੇ ਧਰਨੇ ਤੋਂ ਬਾਅਦ ਉਹਦੇ ਮਹਿਲਾਂ ਨੂੰ ਘੇਰਨਾ, ਕੈਪਟਨ ਦਿਆਂ ਨੂੰ ਲੜੇਂਗੇ ਹਰ ਹਾਲਤ ਦੇ ਵਿੱਚ, ਜੋ ਮਰਜ਼ੀ ਹੋ ਜਾਵੇ।
ਸੋ ਪੈਨਸ਼ਨ ਐਸੋਸੀਏਸ਼ਨ ਦੇ ਜੋ ਇੱਥੇ ਤੁਹਾਨੂੰ ਗੱਲਬਾਤ ਕੀਤੀ ਜਿਹੜੇ ਤੇ ਆਗੂ ਨੇ ਉਹਨਾਂ ਦਾ ਇਹੀ ਕਹਿਣਾ ਕਿ ਜੋ ਸਾਡਾ ਬਕਾਇਆ ਉਹ ਸਾਨੂੰ ਦੇ ਦਿੱਤਾ ਜਾਵੇ। ਸਾਢੇ ਚਾਰ ਸਾਲ ਹੋ ਚੁੱਕੇ ਨੇ ਪਰ ਹਾਲੇ ਤੱਕ ਸਾਡਾ ਕੋਈ ਵੀ ਜੋ ਪੰਜਾਬ ਸਰਕਾਰ ਵੱਲੋਂ ਵਾਅਦੇ ਸੀ ਪੂਰੇ ਨਹੀਂ ਕੀਤੇ ਗਏ। ਕੈਮਰਾਮੈਨ ਸ਼ਿੰਟੂ ਤੇ ਨਾਲ ਮਨੀਸ਼ ਦੇਵਾ ਦਾ ਸਮਰ ਨਿਊਜ਼। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ ਯੂਟਿਊਬ ਚੈਨਲ ਨੂੰ ਤੇ ਇੰਸਟਾਗ੍ਰਾਮ ਨੂੰ ਫੋਲੋ ਕਰਨਾ ਨਾ ਭੁੱਲਿਓ।